ਉਹਨਾਂ ਦੇ ਨਾਲ ਉਹਨਾਂ ਦਾ ਪੁੱਤਰ ਬਾਈ ਮਨਵੀਰ ਯੂਐਸਏ ਜਿਨ੍ਹਾਂ ਭਰਾਵਾਂ ਦੇ ਵੱਲੋਂ ਅੱਜ ਦੇ ਇਸ ਵੱਡੇ ਟੋਚਨ ਮੇਲੇ ਦੇ ਪਹਿਲੇ ਤਿੰਨ ਇਨਾਮ ਪਹਿਲਾ ਮੋਟਰਸਾਈਕਲ ਦੂਜਾ 21,000 ਤੀਜਾ 11,000 ਇਹ ਜਿਹੜੇ ਤਿੰਨ ਇਨਾਮ ਸਪੋਂਸਰ ਕੀਤੇ ਗਏ ਨੇ ਔਰ ਨਗਰ ਦੇ 13 ਜ਼ਰੂਰਤਮੰਦ ਪਰਿਵਾਰਾਂ ਦਾ 5,100 ਦੀ ਨਗਦ ਰਾਸ਼ੀ ਦੇ ਨਾਲ ਜਿਹੜੇ ਭਰਾਵਾਂ ਵੱਲੋਂ ਜਿਹੜਾ ਸਨਮਾਨ ਉਹਨਾਂ ਪਰਿਵਾਰਾਂ ਦਾ ਕੀਤਾ ਜਾਣਾ ਹੈ ਉਹ ਵੀ ਸਾਡੇ ਦਰਮਿਆਨ ਪੁੱਜ ਰਹੇ ਨੇ ਨਾਲ ਭੁਪਿੰਦਰ ਸਿੰਘ ਜੀ ਕਾਲਾ ਗੋਪਾ ਰਾਏ ਸਾਹਿਬ ਜਿਨ੍ਹਾਂ ਵੱਲੋਂ ਚੌਥਾ ਇਨਾਮ 7100 ਸਪੋਂਸਰ ਕੀਤਾ ਗਿਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰ ਰਹੇ ਹਾਂ ਸਾਡੇ ਬਾਈ ਬੱਲਾ ਚੀਮਾ ਜੀ ਹਰਪੀਰ ਚੀਮਾ ਉਹਨਾਂ ਨੂੰ ਹੈਪੀ ਬਾਈ ਉਹਨਾਂ ਨੂੰ ਬੇਨਤੀ ਹੈ ਕਿ ਉਹ ਮੇਨ ਗੇਟ ਤੇ ਚਲੇ ਜਾਣ ਆਪਣੇ ਭਰਾ ਨੂੰ ਜਿਹੜਾ ਆਪਾਂ ਸਕਾਊਟ ਕਰਕੇ ਲੈ ਕੇ ਆਉਣਾ ਕਿਉਂਕਿ ਬਹੁਤ ਵੱਡੇ ਯੋਗਦਾਨ ਨੇ ਸਾਡੇ ਬੱਲੇ ਚੀਮੇ ਬਾਈ ਦੇ ਹਰਪੀਤ ਹੈਪੇ ਉਹਨਾਂ ਨੂੰ ਸਾਡੇ ਸਾਰੇ ਭਰਾਵਾਂ ਨੂੰ ਵਿਭਿੰਨ ਸਰਪੰਚਾਂ ਦੀ ਪੂਰੀ ਟੀਮ ਨੂੰ ਬੇਨਤੀ ਹੈ ਕਿ ਉਹ ਮੇਨ ਗੇਟ ਤੇ ਹਾਰ ਲੈ ਕੇ ਪਹੁੰਚ ਜਾਣ ਉਹ ਸਮਾਂ ਭੰਦਰ ਇੱਕ ਵਾਰੀ ਤਾਂ ਡਰ ਲੱਗਿਆ ਹੋਣਾ ਜਾਂ ਤੁਹਾਨੂੰ ਗਿਆ ਗੋਲੀ ਵਾਂਗੂ ਇਹ ਏਦਾਂ ਹੀ ਡਰ ਘਬਰਾਉਂਦੇ ਆ ਭਾਈ ਮੂਹਰੋ ਇੰਨਾ ਬਸ ਸਾਡਾ ਬਾਈ ਛਿੰਨਾ ਇੰਗਲੈਂਡ ਇਹ ਕੰਮ ਕਰਨਾ ਨੀ ਜਿਹੜਾ ਉਹ ਵੀਰ ਲਾਈਵ ਆਨੰਦ ਮਾਣ ਰਹੇ ਨੇ ਛਿੰਨਾ ਇੰਗਲੈਂਡ ਜਿਵੇਂ ਇੱਕ ਮਿੰਟ ਗੋਪੀ ਇੱਕ ਮਿੰਟ ਵੀਰੇ ਉੱਥੇ ਦਮਨ ਇੰਡੋ ਲਿਖਿਆ ਜੇ ਆਹ ਕੰਮ ਕਰਦਾ ਫੇਰ ਫੜਿਆ ਗਿਆ ਜਿਵੇਂ ਰੇਲ ਦੇ ਪਿੱਛੇ ਨਾ ਪੀਲੇ ਰੰਗ ਦੀ ਕਾਟੀ ਲੱਗੀ ਹੁੰਦੀ ਆ ਏਦਾਂ ਲੱਗ ਜੂਗਾ ਇਹ ਨੀ ਕਰਨਾ ਬਸ ਆ ਜਾਓ ਕਿਰਾ ਬੰਦ ਹੋ ਗਿਆ ਹੱਥ ਖੜਾ ਕਰਨਾ ਕਲੱਚ ਨਾਲ ਕਾਰਵਾਈ ਕੋਈ ਨੀ ਕਰਨੀ ਵੀਰੇ ਇਹ ਨੋਟ ਕਰ ਲਓ ਇਹ ਬੰਦ ਕਰਨਾ ਸੀ ਇਹ ਕਿਹੜਾ ਫਿਰ ਲਾਡੀ ਨੇ ਕਰਤਾ ਟਰੈਕਟਰ ਤੇ ਤੂੰ ਬੈਠਾ ਫਿਰ ਹੱਥ ਖੜਾ ਕਰ ਦੇਣਾ ਸਾਡੇ ਬਾਈ ਅਮਰਿੰਦਰ ਚੀਮਾ ਬਾਈ ਜਾਦੀ ਚੀਮਾ ਗੁਰਸੇਵਕ ਬਣਾਇਆ ਪ੍ਰੀਤ ਸ਼ਰਮਾ ਤੇ ਲਾਡੀ ਬਾਈ ਉੱਥੇ ਇਹਨਾਂ ਦਾ ਵੀ ਧੰਨਵਾਦ ਹੈ ਆ ਬਟਾਰੀ ਪਿੰਡ ਜਾ ਟੋਚਨ ਹੋਏ ਝੋਟੇ ਦਾ ਮੈਚ ਸੀਗਾ ਲਾਡੀ ਜੀ ਚੱਕਦਾ ਇੱਧਰ ਸਾਡੇ ਦਰਮਿਆਨ ਸਾਡਾ ਵੀਰ ਬਾਈ ਬੱਲਾ ਚੀਮਾ ਯੂਐਸਏ ਜਿਹੜੇ ਵੀਰ ਦੇ ਵੱਲੋਂ ਅੱਜ ਦੇ ਇਸ ਟਰੈਕਟਰ ਟੋਚਨ ਮੇਲੇ ਦੇ ਪਹਿਲੇ ਤਿੰਨ ਇਨਾਮ ਪਹਿਲਾ ਨਾਮ ਮੋਟਰਸਾਈਕਲ ਦੂਜਾ ਇਨਾਮ 21,000 ਤੇ ਤੀਜਾ 11,000 ਔਰ ਨਗਰ ਦੇ ਜ਼ਰੂਰਤਮੰਦ 13 ਪਰਿਵਾਰਾਂ ਨੂੰ 5,100 ਦੀ ਨਗਦ ਰਾਸ਼ੀ ਦੇ ਨਾਲ ਉਹਨਾਂ ਦੀ ਹੈਲਪ ਕੀਤੀ ਜਾਣੀ ਹੈ ਸਾਡਾ ਬੱਲਾ ਚੀਮਾ ਵੀ ਸਾਡਾ ਵੀਰ ਪਹੁੰਚ ਚੁੱਕਿਆ ਹੈ ਅਸੀਂ ਧੰਨਵਾਦ ਕਰ ਰਹੇ ਹਾਂ ਕਿ ਦਾਤਾ ਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਨੇ ਇਹ ਸਾਡੇ ਵੀਰ ਮੇਰੇ ਵੀਰ ਇੱਕ ਨੇਕ ਦਿਨ ਰੂਹ ਹੈ ਉਹ ਭਰਾ ਸਾਡੇ ਦਰਮਿਆਨ ਪਹੁੰਚ ਚੁੱਕਿਆ ਬਾਈ ਬੱਲਾ ਚੀਮਾ ਅਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਸਮੁੱਚੀ ਸਪੋਰਟਸ ਕਲੱਬ ਦੇ ਵੱਲੋਂ ਜਿਹੜਾ ਬਹੁਤ ਬਹੁਤ ਸਵਾਗਤ ਕੀਤਾ ਜਾ ਰਿਹਾ ਹੈ ਲਾਈਵ ਕੈਮਰੇ ਵਾਲਾ ਵੀਰ ਸਟਿਲ ਕੈਮਰਾ ਜੇ ਹੈਗਾ ਤਾਂ ਲੈ ਆਓ ਨਹੀਂ ਤੁਹਾਡੀ ਮਰਜ਼ੀ ਹੈ ਬਾਈ ਆਦਰ ਬੱਲਾ ਚੀਮਾ ਜੀ ਯੂਐਸਏ ਵਿੱਚ ਵਸਦੇ ਆ ਰਾਜੂ ਚੀਮਾ ਜੀ ਦੇ ਨਾਲ ਮਨਜੋਤ ਸਰਪੰਚ ਤੇ ਨਾਲ ਬਾਈ ਲਵੀ ਖੰਨਾ ਉਹ ਵੀ ਸਾਡੇ ਭਰਾ ਸਾਡੇ ਕੋਲੇ ਪਹੁੰਚ ਚੁੱਕੇ ਅਸੀਂ ਧੰਨਵਾਦ ਕਰ ਰਹੇ ਹਾਂ ਲਵੀ ਬਾਈ ਉਹਨਾਂ ਦਾ ਮਨਜੋਤ ਸਰਪੰਚ ਉਹਨਾਂ ਦਾ ਧੰਨਵਾਦ ਹੈ ਕਰਵਾਓ ਜੀ ਮੈਚ ਜਲਦੀ ਨਾਲ ਸ਼ੁਰੂ ਯੂਐਸਏ ਦੇ ਵਿੱਚ ਵਸਦੇ ਨੇ ਬੱਲਾ ਚੀਮਾ ਜੀ ਬਹੁਤ ਵੱਡਾ ਨਾਂ ਜਿਹਨਾਂ ਵੱਲੋਂ ਕਹਿੰਦੇ ਤਿੰਨ ਪ੍ਰਾਈਜ਼ ਨੇ ਜਿਹੜੇ ਇਸ ਖੇਡ ਮੇਲੇ ਨੂੰ ਦਿੱਤੇ ਜਾ ਰਹੇ ਨੇ ਤੇ ਨਾਲ ਹੀ ਕਹਿੰਦੇ ਵੀ ਗਰੀਬ ਪਰਿਵਾਰਾਂ ਦੀ ਜਿਹੜੀ ਮਾਲੀ ਮਦਦ ਕੀਤੀ ਜਾ ਰਹੀ ਹੈ ਵੱਡਾ ਦਿਲ ਆ ਸਾਡੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਪੁੱਜੇ ਨੇ ਧੰਨਵਾਦ ਕਰਦੇ ਹਾਂ ਪਲੀਜ਼ ਮੇਰੀ ਬੇਨਤੀ ਹੈ ਬਾਈ ਜੀ ਟਰੈਕਟਰ ਨੇ ਜਿਹੜੇ ਉਹ ਸਾਈਡਾਂ ਮੋੜ ਕੇ ਜਲਦੀ ਲਾਇਆ ਕਰੋ ਅਗਲੇ ਦੇ ਹੁੱਕ ਓਕੇ ਨੇ ਜੀ ਧੰਨਵਾਦ ਜੀ ਹਾਂਜੀ ਹਾਂਜੀ ਆਓ ਬਾਈ ਆਓ ਕਰੋ ਅਗਲੇ ਮੈਚ ਦੇ ਦੋਨੋਂ ਟਰੈਕਟਰਾਂ ਦੇ ਹੁੱਕਾ ਓਕੇ ਨੇ ਜੀ ਧੰਨਵਾਦ ਹੈ ਉਧਰ ਕੁਲਦੀਪ ਸਿੰਘ ਜੀ ਐਸ ਪੀ ਸਾਹਿਬ ਮਾਨਸਾ ਨਵਦੀਪ ਸਿੰਘ ਜੀ ਐਸ ਐਚ ਓ ਸਾਹਿਬ ਮਲੌਦ ਔਰ ਜਗਦੇਵ ਸਿੰਘ ਜੀ ਇੰਸਪੈਕਟਰ ਸਾਹਿਬ ਮਾਨਸਾ ਇਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉਹ ਵੀ ਸਾਡੇ ਦਰਮਿਆਨ ਅੱਜ ਵਿਸ਼ੇਸ਼ ਤੌਰ ਤੇ ਆ ਰਹੇ ਨੇ ਔਰ ਹਰਦੀਪ ਸਿੰਘ ਜੀ ਚੀਮਾ ਡੀ ਐਸ ਪੀ ਸਾਹਿਬ ਪਾਇਲ ਉਹ ਵੀ ਸਾਡੇ ਕੋਲ ਅੱਜ ਆਪਣੀਆਂ ਸੇਵਾਵਾਂ ਦੇਣਗੇ ਅਸੀਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰ ਰਹੇ ਹਾਂ ਇੱਧਰ ਜਿਹੜਾ ਮੁਕਾਬਲਾ ਚੱਲ ਰਿਹਾ ਹੈ ਦਮਨ ਇੰਡੋ ਔਰ ਨਾਨਕ ਸਰ ਸੋਨਾਲੀ ਕਾ ਭਿੰਦਰ ਧਾਂਦਰਾ ਤੇ ਇੱਕ ਪਾਸੇ ਜਿਹੜੇ ਮੁੰਡੇ ਨੇ ਘੰਘਰਾਣੇ ਪਿੰਡ ਸੈਂਟਰ ਮਸ਼ਹੂਰੀ ਕੀਤੀ ਪਰ ਧਮੋਟ ਪਿੰਡ ਹੈ ਸਾਡੇ ਭਰਾ ਦਾ ਬਾਈ ਉੱਥੇ ਜਾ ਕੇ ਉੱਥੇ ਜਾ ਕੇ ਡਿਸਪੈਂਸਰ ਲਈ ਇੱਕ ਤਾਂ ਬਾਈ ਟਾਈਮ ਬਹੁਤਾ ਜ਼ਿਆਦਾ ਲੱਗਦਾ ਗਾ ਇੱਕ ਤਾਂ ਮੈਚ ਨੂੰ ਟਾਈਮ ਲੱਗਦਾ ਇੱਕ ਘੁੰਮਣ ਘੁਮਾਉਣ ਨੂੰ ਟਾਈਮ ਲੱਗਦਾ ਜਲਦੀ ਕਰਿਆ ਕਰੋ ਕੰਮ ਮੇਲਾ ਤਾਂ ਇਦੂ ਪਹਿਲਾਂ ਤਾਂ ਆਪਾਂ ਉੱਥੇ ਰੋਡ ਤੇ ਮੋੜ ਲੈਂਦੇ ਸੀਗੇ ਬਟਾਰੀ ਜਿਹੜੇ ਮੈਚ ਚੱਲਦੇ ਸੀਗੇ ਉਹ
ਸਾਡੇ ਬੂਟਾ ਜੀ ਮਾਸਟਰ ਜੀ ਸਟੇਜ ਵਾਲੇ ਆ ਸਾਡੇ ਵੀਰ ਕਿਰਪਾ ਕਰਕੇ ਸਾਡੇ ਵੀਰ ਦੇ ਨਾਲ ਸੰਪਰਕ ਬਣਾ ਲੈਣ ਮੇਰੀ ਬੇਨਤੀ ਆ ਸਦਾ ਬੜਾ ਪਿਆਰਾ ਵੀਰ ਹੈ ਬਿਪਨ ਸਰਪੰਚ ਉਹਨਾਂ ਦਾ ਉਹਦੇ ਬਹੁਤ ਬਹੁਤ ਧੰਨਵਾਦ ਆ ਬਹੁਤ ਸਤਿਕਾਰ ਜਿਹੜੇ ਸ਼ਖਸੀਅਤ ਆ ਬੱਲਾ ਚੀਮਾ ਜੀ ਉਹ ਵੀ ਸਾਡੇ ਵਿਚਕਾਰ ਆਇਆ ਹੈ ਜਿਹਨਾਂ ਵੱਲੋਂ ਕਹਿੰਦੇ ਅੱਜ ਨਾਮ ਸਮੋਸਰ ਕੀਤੇ ਆਇਆ ਹੈ ਬੜੀ ਮਾਣਮਤੀ ਸ਼ਖਸੀਅਤ ਆ ਅਸੀਂ ਤਾਂ ਇੱਕ ਹੀ ਗੱਲ ਕਹਿ ਰਹੇ ਹੁੰਦੇ ਹਾਂ ਕਿ ਵਿਦੇਸ਼ੀ ਬੱਸਣ ਵਾਲੇ ਹੋਵੇ ਕਦੇ ਬਦਨੀ ਫੇਰਾ ਪਾ ਰਹੇ ਹੋਵੇ ਇੱਕ ਇਹਦੇ ਲਈ ਵੀ ਥਾਂ ਰੱਖਣਾ ਇੱਕ ਮਿੱਟੀ ਆਪਣੀ ਭੁੱਲਿਓ ਨਾ ਇੱਕ ਚੇਤੇ ਆਪਣੀ ਮਾਂ ਰੱਖਣਾ ਬਹੁਤ ਬਹੁਤ ਧੰਨਵਾਦ ਆਏ ਸਾਡੇ ਬੱਲਾ ਚੀਮਾ ਜੀ ਔਰ ਯੂਐਸਏ ਵਾਲੇ ਸਟੇਜ ਦੇ ਉੱਤੇ ਬਿਰਾਜਮਾਨ ਆਏ ਇੱਕ ਮੋਟਰਸਾਈਕਲ ਔਰ 21,000 ਤੇ 11,000 ਇੱਕ ਹੋਰ ਵੱਡੀ ਗੱਲ ਕੀਤੀ ਆਏ ਔਰ ਯੂਐਸਏ ਵਾਲੇ ਸਾਡੇ ਬੱਲਾ ਚੀਮਾ ਸਾਹਿਬ ਉਹਨਾਂ ਨੇ ਕਹਿੰਦੇ ਵੀ ਗਰੀਬ ਪਰਿਵਾਰ ਦੇ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ 52,000 ਰੁਪਇਆ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਆਏ ਬੱਲਾ ਚੀਮਾ ਜੀ ਉਹਨਾਂ ਦਾ ਸਾਡੇ ਜੀ ਸਰਪੰਚ ਜੀ ਟਿੰਬਰਵਾਲ ਉਹ ਵੀ ਸਾਡੇ ਵਿਚਕਾਰ ਆਇਆ ਹੈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਜੀ ਆਖਿਆ ਜਾ ਰਿਹਾ ਹੈ ਰਾਜਨ ਗਰੇ ਨਾਲ ਉਹਨਾਂ ਦਾ ਜੱਸਾ ਗਰੇ ਨਾਲ ਔਰ ਹਰਪ੍ਰੀਤ ਗਰੇ ਨਾਲ ਬਿਪਨ ਸਾਡਾ ਵੀਰ ਸਰਪੰਚ ਉਹਦੇ ਮੇਰੇ ਵੀਰ ਯਾਰ ਮਿੱਤਰ ਪੁੱਜੇ ਆਏ ਉਹਨਾਂ ਦਾ ਵੀ ਧੰਨਵਾਦ ਆਏ ਨਿਧਨ ਸ਼ਰਮਾ ਕਨੇਡਾ ਬਿਨੀ ਭਗਤ ਔਰ ਕਰਨੈਲ ਸਿੰਘ ਚੀਮਾ ਕਨੇਡਾ ਇਧਰ ਵੇਖਣਾ ਵੀ ਆਉਣ ਗੱਲ ਜਿਹੜੀ ਟਿਕਾਣੇ ਤੇ ਹੋਈ ਪਈ ਆ ਨਵੀਂ ਲੰਡੇ ਵਾਲਿਆ ਅੱਜ ਜੋਗੀ ਮਾਹੌਲ ਦੇ ਵਿੱਚ ਨਾ ਲੜਾ ਮੈਂ ਉਹਦੇ ਨਾਲ ਤਾਂ ਹੀ ਫਿਰ ਰਿਹਾ ਉਹਨੂੰ ਮੈਂ ਪਹਿਲਾਂ ਵਾਰਨਿੰਗ ਦਿੱਤੀ ਹੈ ਅੱਜ ਜੋਗੀ ਮਾਹੌਲ ਦੇ ਵਿੱਚ ਨਾ ਗੱਲ ਜਿਹੜੀ ਟਿਕਾਣੇ ਤੇ ਹੋਈ ਪਈ ਆ ਬੱਲਾ ਚੀਮਾ ਜੀ ਯੂਐਸਏ ਵਾਲੇ ਉਹ ਵੀ ਕਹਿੰਦੇ ਪੁੱਜ ਗਿਆ ਹੈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਇਸ ਨਗਰ ਦੇ ਸਰਪੰਚ ਸਾਹਿਬ ਬੜੀ ਮਾਣਮਤੀ ਸ਼ਖਸੀਅਤ ਆਏ ਗ੍ਰਾਮ ਪੰਚਾਇਤ ਦਾ ਕ੍ਰਿਸ਼ਨ ਦੇਵ ਜੀ ਔਰ ਮਗਰ ਸਿੰਘ ਚੀਮਾ ਜੀ ਔਰ ਸਾਡੇ ਪੰਚ ਸਾਹਿਬ ਔਰ ਮਗਰ ਸਿੰਘ ਫੌਜੀ ਪੰਚ ਜਗਵੀਰ ਸਿੰਘ ਜੀ ਡੀਸੀ ਪੰਚ ਸਾਹਿਬ ਉਹਨਾਂ ਦਾ ਔਰ ਸੁਖਦੇਵ ਸਿੰਘ ਜੀ ਪੰਚ ਔਰ ਕਿਰਨਦੀਪ ਸਿੰਘ ਜੀ ਪੰਚ ਸਾਹਿਬ ਉਹਨਾਂ ਦਾ ਗਣੇਸ਼ ਸਿੰਘ ਜੀ ਬਿੱਟੂ ਪ੍ਰਧਾਨ ਸਿੱਧੇ ਕਰੋ ਔਰ ਇੰਡੋ ਫਾਰਮ ਦਾ ਇੱਕ ਫਲ ਆ ਜੀ ਇੰਡੋ ਫਾਰਮ ਦਾ ਇੱਕ ਫਲ ਹੋ ਗਿਆ ਨੋਟ ਕਰ ਲਓ ਸਾਰੇ ਵੀਰ ਵਾਹ ਜੀ ਵਾਹ ਉਧਰ ਮੇਜਰ ਸਿੰਘ ਜੀ ਸਾਬਕਾ ਪੰਚ ਔਰ ਰਵਜੀਤ ਸਿੰਘ ਜੀ ਦਾਰੀ ਐਕਸ ਸਰਪੰਚ ਚਰਜੀਤ ਸਿੰਘ ਜੀ ਸੂਬੇਦਾਰ ਹਰਨੇਸ਼ ਸਿੰਘ ਜੀ ਦੋਜੀ ਉਹਨਾਂ ਦਾ ਔਰ ਬਲਵੀਰ ਸਿੰਘ ਜੀ ਸਾਡੇ ਪੰਜਾਬ ਪੁਲਿਸ ਔਰ ਸੁਖਵਿੰਦਰ ਸਿੰਘ ਜੀ ਪੰਜਾਬ ਪੁਲਿਸ ਨਵਰਾਜ ਸਿੰਘ ਜੀ ਔਰ ਸਾਡੇ ਦਿਲਾਰ ਸਿੰਘ ਜੀ ਸੰਗਾਰਾ ਸਿੰਘ ਜੀ ਸੁਦੇਸ਼ ਸਿੰਘ ਜੀ ਸੁੱਖਾ ਗੁਰਵਿੰਦਰ ਸਿੰਘ ਜੀ ਔਰ ਜਸਰੀਤ ਸਿੰਘ ਜੀ ਸੀਰਾ ਔਰ ਨਾਲ ਸਾਡੇ ਜਗਨੋਤ ਸਿੰਘ ਜੀ ਉਹਨਾਂ ਦਾ ਮਲਕੀਤ ਸਿੰਘ ਜੀ ਰੋਡੂ ਉਹਨਾਂ ਦਾ ਬਹੁਤ ਸਤਿਕਾਰ ਜੋ ਸਾਡੀਆਂ ਮਾਣਵਤੀਆਂ ਸ਼ਖਸੀਅਤਾਂ ਦਾ ਹੈ ਔਰ ਜਿਹਨਾਂ ਵੱਲੋਂ ਔਰ ਭੁਪਿੰਦਰ ਬੋਤਾ ਰਾਏ ਉਹਨਾਂ ਵੱਲੋਂ ਵੀ ਕਹਿੰਦੇ ਵੱਡਾ ਇਨਾਮ ਜਿਹੜਾ ਚੌਥਾ 71,000 ਰੁਪਇਆ ਹੈ ਬਹੁਤ ਬਹੁਤ ਧੰਨਵਾਦ ਆਏ ਔਰ ਬੱਲਾ ਚੀਮਾ ਜੀ ਯੂਐਸਏ ਬੜੀ ਪਿਆਰੀ ਸ਼ਖਸੀਅਤ ਆਏ ਉਹਨਾਂ ਦਾ ਵੀ ਧੰਨਵਾਦ ਆਏ ਹਰੀ ਕਾਰੀਗਰ ਸਾਡਾ ਬਹੁਤ ਪਿਆਰਾ ਵੀਰ ਗੱਲ ਕਰੇਗਾ ਲਾਡੀ ਲਿੰਦਾ ਜੀ ਹਲੇ ਕੰਮ ਨਵਾਂ ਏਦਾਂ ਚੱਲਣਾ ਨਹੀਂ ਇੱਥੇ ਤਾਂ ਖੜਾ ਲਓ ਤਾਂ ਮੁੜ ਹੀ ਆਉਣਾ ਦੀ ਨਹੀਂ ਇੱਥੋਂ ਤਾਂ ਸੈਂਟਰ ਲੈ ਲਓ ਹੱਥ ਤੱਕ ਜਾਂਦਾ ਵੀਰੇ ਐਂ ਕਰ ਦੇ ਦਾ ਸੈਂਟਰ ਲੈ ਲਾ ਆਓ ਬਾਈ ਇੱਧਰ ਇੱਕ ਵਾਰੀ ਫੇਰ ਧੰਨਵਾਦ ਆ ਬਹੁਤ ਹੀ ਸਤਿਕਾਰਯੋਗ ਬੱਲਾ ਚੀਮਾ ਪਰਿਵਾਰ ਤੋਂ ਯੂਐਸਏ ਦੇ ਵਿੱਚ ਵਸਦੇ ਨੇ ਸਾਡੇ ਵੀਰ ਅਚੇਚੇ ਤੌਰ ਤੇ ਧੰਨਵਾਦ ਆ ਵੱਡੇ 3 ਪ੍ਰਾਈਜ਼ ਪਹਿਲੇ ਦਿੱਤੇ ਜਾਣੇ ਆ ਮੇਰੇ ਵੀਰੋ ਇੱਧਰ ਪਾਸੇ ਇੰਡੋ ਫਾਰਮ ਇੱਕ ਪਾਸੇ ਇੰਡੋ ਫਾਰਮ ਮੇਰੇ ਵੀਰੋ ਧਮੋਟ ਪਿੰਡ ਵਾਲਾ ਦੂਜੇ ਪਾਸੇ ਗੱਲ ਹੋ ਰਹੀ ਹੈ ਧਾਂਦਲੇ ਵਾਲੇ ਸੋਨਾ ਲਿਕਾ ਦੀ ਮੇਰੇ ਵੀਰੋ ਤੱਕੀਏ ਨਜ਼ਾਰਾ ਖੇਡ ਦੇ ਮੈਦਾਨ ਵਿੱਚ
हाँ भजा के जो लै चल भाई दे दुख नू मोड़ पैंदा हो सकता पार हो जावे लै चल खिच के इत्थे कजाड़ा लग जांदा कढ़न मनजोत सरपंच और लवी खन्ना साडा बहुत प्यारा वीर आए जो राजे और बिपन के यार दोस्त आए आए बहुत बहुत धन्यवाद है लवी खन्ना मनजोत सरपंच इधर कहते यार गल् जड़िया वो टकाने पर हो रही है मेरे वीरों बहुत बहुत धन्यवाद आए बल्ला जू उस भी और उन्होंने लाले पुत्रों भी नाल आए आए बहुत बहुत धन्यवाद हाँ जी रोक लो भाई लाडी लंडा की गल कर दो फल हो गए भाई इंडो फार्म दे दो फल हो गए आ एक फल होर हो गया तो बराबरी का मैच हो जू और फिर टास पैनी है टास तो भाई हुण तुसीं जिहड़ा पासा मर्जी रख लियो टास वाली तो गल ही खत्म है इत्थे हले वो तुहाडे मन की मौज है जिथे मर्जी रख लियो कम आ जाओ भाई आ जाओ सीधा करा करो जल्दी ट्रैक्टर एन मेला जरा भर जो बंदे आए लाडी वीर सा बड़ा प्यारा वीर है कि मेला मेलिया का यारा बेलिया का रांझा भाइयों सड फकीर होया कर लो सीधे हीर सड गई सात सहेलिया का एक दिन आप भी यार तुर जाना बूआ मार के ना हवेलियां एन गल् जड़िया वो टिकाने पर हो रही ने अज कहते जोगी मारे वेचना है गल जी टिकाने की हो रही है दुनिया नजारा बनेगी मेरे वीरों जिथे ट्रैक्टर का कहते बड़ा जोर लग्या है उथे दर्शकों का भी कहते बड़ा जोर लग्या है और साढ़े भरावां का बिपन होना का कहते मेला कराने राजू उन्हों का बड़ा जोर लग्या है और बल्ला जी जूएसए उन्हों का भी कहते बड़ा जोर लग्या है क्योंकि बड़े प्राइज दिते जाणगे मोटरसाइकिल और बखरिया गल् है तो कहो मुहम्मद शरीक ने भी पुजाना है तो खिच ला डायरी है खिच ला चुनारे बह फट के गल् जड़िया अरे टिकाने पर हो रही है कहते सौ का नोट गाना है कि शहर गया सी ब्यौरा घर का बढ़ के मोरी वे पर इधर वेख रहे भी गल् जड़िया और टिकाने पर है मेरे वीरों और बहुत बहुत धन्यवाद है बल्ला जू इसे भी बड़ी माणमती शख्सियत है उन्होंने भी धन्यवाद है एक मोटरसाइकिल और फतेह भी बुला रहे हैं उधर साढ़े सरपंच साहब वो भी पुजे बहुत बहुत धन्यवाद है बड़िया माणमती शख्सियत आई हुई है जी हाँ क्योंकि एन आर आई भरावान के बड़े सहयोग होंगे है एन आर आई वीर अपनी नेक कमाई करते हैं फिर नेक कमाई विचों और पाउंड यूरो बनाते हैं डालर बनाते हैं फिर इतने आके और माया मेरे वीरों वंडी जाती है और साढ़े वर्ग फिर अरदासा कर देंगे है भी ज्यौने वादे रहन साढ़े वीर जेडे बड़ा प्यार सत्कार भेजते हैं बहुत बहुत धन्यवाद है इस दौरान जोर जमाई हुई पई है मेरे वीर एन गल जी आई एक पास सोना लिखा मेरे वीरों के 25-11 बेच के बापू सोना लिखा लैना है खेतों में कम करना दुगना ये जटा ना गहना है इतने तक तो भाई साफ हो रहे तक लेके आओ पर लैके कितने आने दिता दूजे पासे इंडो फार्म और सोना लिका एक पासे सोना लिका नसवाले ने लागे हुशियारपुर दे विच तैयार किया जाता मेरे वीरो वाह जी वाह बहुत बहुत धन्यवाद जी अपने वीरे जिहड़े वीर कोल कापी है जी वो माड़ा मेरे कोल आई वीरे जिहड़ा वीर कोल कापी है जी तू बाहर ना जाई जां तां मैनूं फड़ा जा जां फिर गेड़ा ही दे आ कापी दे जा मैनूं आपां अगला मैच बोल दी इहनां दे कबड्डी कापी है जिथे बेस्ट एड रिहा फिर मोटरसाइकिल ने वह भी साढ़े वीर आनंद माण रहे ने उन्हां दा भी विशेष तौर उत्ते धन्यवाद कीता जा रहा साढ़े कढ़ाणी कलां वाले साढ़े भरा है कल नूं कढ़ाणी कलां दे विच जिहड़ा वड्डा मेला होवेगा बेस्ट ऑन मोटरसाइकिल तीन हो गए जी हैप्पी भाई अपने पाड़े के तीन फोन हो गए जी ये वीर कृपा करके नोट कर लैन अगला मैच है जी लोहटवदी 53 वर्ष न्यू हरप्रीत अर्जन
ਇਹ ਕਿਰਪਾ ਕਰਕੇ ਵੀਰ ਜਿਹੜੀਆਂ ਹੁੱਕਾਂ ਉਹ ਸੈੱਟ ਕਰਵਾ ਲੈਣ। ਸਰਦਾਰ ਹਰਵੰਸ ਸਿੰਘ ਜੀ ਢਿੱਲੋਂ ਪੰਜਾਬ ਪੁਲਿਸ, ਉਹਨਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਜਾ ਰਿਹਾ ਹੈ। ਹਰਵੰਸ ਸਿੰਘ ਜੀ ਢਿੱਲੋਂ ਪੰਜਾਬ ਪੁਲਿਸ ਵਾਲੇ, ਉਹਨਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ। ਇੱਧਰ ਸਾਡੇ ਸਰਪੰਚ ਸਾਹਿਬ, ਸਾਡੀਆਂ ਮਾਣ ਤੇ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਤਿਕਾਰ ਦੇ ਨਾਲ ਜਿਹੜਾ ਸਟੇਜ ਤੱਕ ਲੈ ਕੇ ਆ ਰਹੇ ਨੇ, ਉਹਨਾਂ ਦਾ ਅਸੀਂ ਧੰਨਵਾਦ ਕਰ ਰਹੇ। ਸਾਡੇ ਸਰਪੰਚ ਸਾਹਿਬ ਇਕਬਾਲ ਮੁਹੰਮਦ, ਪੱਤਰਕਾਰ ਜੀ ਜਗਬਾਣੀ ਤੋਂ ਜਤਿੰਦਰ ਕੁਮਾਰ ਜੀ ਬੇਰਕਲਾ, ਅਮਰਚੰਦ ਜੀ ਅਹਿਮਦਗੜ੍ਹ ਭੱਠੇ ਵਾਲੇ, ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਸਾਡੇ ਅਮਰਚੰਦ ਜੀ ਅਹਿਮਦਗੜ੍ਹ ਭੱਠੇ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲੋਹਟਵਦੀ ਤਰਵੰਜਾ ਦਾਸ ਨਿਊ, ਹਰਪ੍ਰੀਤ ਅਰਜਨ, ਪਰ ਪਹਿਲਾਂ ਆਪ ਝੀਕਰ ਨਿਕਲੂ ਤੇ ਫਿਰ ਅਗਲਾ ਜਿਹੜਾ ਮੈਚ ਉਹ ਕਰਵਾਇਆ ਜਾਣਾ ਹੈ। ਅਸੀਂ ਧੰਨਵਾਦ ਕਰ ਰਹੇ ਹਾਂ ਸਾਡੇ ਵੀਰ ਜਿੰਨੇ ਵੀ ਸਾਡੇ ਸਤਿਕਾਰ ਦੇ ਯੋਗ ਨੇ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੰਚ ਤੇ ਬਿਰਾਜਮਾਨ ਸਾਡਾ ਵੱਡਾ ਵੀਰ ਬਾਈ ਬੱਲਾ ਚੀਮਾ USA ਔਰ ਉਹਨਾਂ ਦੇ ਲਾਡਲੇ ਸਪੁੱਤਰ ਬਾਈ ਮਨਵੀਰ ਚੀਮਾ USA ਜਿਹੜੇ ਭਰਾ ਨੇ, ਅੱਜ ਇਸ ਟੋਜਨ ਮੇਲੇ ਦੇ ਪਹਿਲੇ 3 ਇਨਾਮ ਜਿਹੜੇ ਸਪਾਂਸਰ ਕੀਤੇ ਨੇ ਔਰ ਨਗਰ ਦੇ 13 ਜ਼ਰੂਰਤਮੰਦ ਪਰਿਵਾਰਾਂ ਨੂੰ 5100 ਦੀ ਨਗਦ ਰਾਸ਼ੀ ਦੇ ਨਾਲ ਉਹਨਾਂ ਦੀ ਹੈਲਪ ਕੀਤੀ ਜਾਣੀ ਹੈ। ਸਾਡੇ ਚੀਮਾ ਸਾਹਿਬ ਦਾ ਅਸੀਂ ਵਿਸ਼ੇਸ਼ ਤੌਰ ਤੇ ਸਮੁੱਚੇ ਖੇਡ ਜਗਤ ਦੇ ਵੱਲੋਂ ਸਵਾਗਤ ਕਰ ਰਹੇ ਹਾਂ, ਧੰਨਵਾਦ ਕਰ ਰਹੇ ਹਾਂ। ਸਾਡਾ ਕੁਲਵੰਤ ਸੰਧੂ ਸਰਪੰਚ ਬੇਗੋਵਾਲੀਆ, ਸਾਡੀ ਜ਼ਿੰਦਗੀ ਦਾ ਮਾਣ ਨੇ, ਉਹ ਵੀ ਸਾਡੇ ਦਰਮਿਆਨ ਪੁੱਜ ਚੁੱਕੇ ਨੇ। ਸਾਡੇ ਕੁਲਵੰਤ ਸੰਧੂ ਜੀ ਸਰਪੰਚ ਸਾਹਿਬ, ਜਿਨ੍ਹਾਂ ਨੂੰ ਰੋਮ ਰੋਮ 'ਚ ਕਬੱਡੀ ਦਾ ਬੱਸ ਹੈ, ਅੱਜ ਕਹਿੰਦੇ ਟਰੈਕਟਰ ਟੋਚਨ ਦੇਖਣ ਦਾ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ। ਸਾਡੇ ਸੰਧੂ ਸਰਪੰਚ ਸਾਹਿਬ ਬੇਗੋਵਾਲੀਆ ਕੁਲਵੰਤ ਜੀ ਦਾ ਅਸੀਂ ਧੰਨਵਾਦ ਕਰ ਰਹੇ ਹਾਂ ਸਮੁੱਚੇ ਸਪੋਰਟਸ ਕਲੱਬ ਦੇ ਵੱਲੋਂ, ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਆਪਣੇ ਪਿੰਡ ਵੀ ਮੰਡੀ ਬਹੁਤ ਵਧੀਆ ਹੈ, ਆਪਾਂ ਵੀ ਇੱਕ ਉਪਰਾਲਾ ਕਰੀਏ ਵੀ ਆਪਾਂ ਵੀ ਟੋਚਨ ਮੇਲਾ ਕਰਵਾਈਏ, ਕਿਉਂਕਿ 1 ਸਾਲ ਤਵੀਆਂ ਹੋਈਆਂ ਸੀ, ਪਰ ਆਪਣੇ ਪਿੰਡ ਮੰਡੀ ਹੈ, ਆਪਾਂ ਵੀ ਟਰੈਕਟਰ ਟੋਚਨ ਮੇਲਾ ਕਰਾਈਏ। ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ। ਪਾਲਾ ਸਿੰਘ ਜੀ MC ਸਾਹਿਬ ਸੋਮਲ ਖੇੜੀ, ਜੈਪਾਲ ਸਿੰਘ ਜੀ ਬਾਵਾ ਸਰਪੰਚ ਸਾਹਿਬ ਗੋਸਲਾ, ਉਹਨਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ, ਉਹ ਵੀ ਸਾਡੇ ਕੋਲ ਪੁੱਜ ਚੁੱਕੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਜੈਪਾਲ ਸਰਪੰਚ ਸਾਹਿਬ ਗੋਸਲਾ, ਸਾਡਾ ਕੁਲਵੰਤ ਸੰਧੂ ਸਰਪੰਚ, ਉਹ ਵੀ ਸਾਡੇ ਦਰਮਿਆਨ ਬੇਗੋਵਾਲੀ ਹੈ, ਸਾਡਾ ਸਰਪੰਚ ਹੈ, ਸਾਡੀ ਜ਼ਿੰਦਗੀ ਦਾ ਮਾਣ, ਉਹ ਵੀ ਸਾਡੇ ਕੋਲ ਪੁੱਜ ਚੁੱਕੇ ਨੇ। ਪਰ ਇੱਧਰ ਧਾਂਦਲੇ ਵਾਲਾ ਭਿੰਦਰ, ਪਰ ਦੂਜੇ ਪਾਸੇ ਇਹ ਬਹਿਮੀ ਵੀ ਬਹੁਤ ਹੈ ਦੂਜੇ ਪਾਸੇ ਵਾਲਾ, ਹੈ ਨਾ ਸਾਡੀ ਕਰੀ ਗੱਲ ਗੁਰਮੀਤ, ਇਹ ਉਹੀ ਹੈ ਉੱਥੇ ਵਾਲਾ, ਇਹਨੇ ਕਮਾਲ ਕਰਤੀ ਸੀ ਭੋਗੀ ਵਾਲਾ। ਇੱਧਰ ਸਾਡੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਗੋਮੀ, ਗੋਮੀ ਰੱਖ ਪਹਿਲਾਂ ਵਾਲਾ ਜਿਹੜਾ ਕੰਮ ਕੀਤਾ, ਸਾਡੇ ਪ੍ਰੋਫੈਸਰ ਸਾਹਿਬ ਗੁਰਮੁਖ ਸਿੰਘ ਜੀ ਗੋਮੀ ਸਾਹਿਬ ਔਰ ਸਾਡਾ ਬਾਈ ਜੱਸਾ ਰੋੜੀਆਂ, ਸਾਡੇ ਪ੍ਰਧਾਨ ਸਾਹਿਬ ਸਾਡੇ ਕੋਲ ਪੁੱਜ ਚੁੱਕੇ ਨੇ, ਅਸੀਂ ਧੰਨਵਾਦ ਕਰ ਰਹੇ ਹਾਂ। ਸਾਡੇ ਗੁਰਮੁਖ ਸਿੰਘ ਜੀ ਗੋਮੀ, ਸਾਡੇ ਸਿਆਰ ਪਿੰਡ ਵਾਲੇ, ਇਹਨਾਂ ਦਾ ਵੀ ਕਬੱਡੀ ਦਾ ਰੋਮ ਰੋਮ 'ਚ ਵਾਸਾ ਹੈ, ਸਾਡੀ ਜ਼ਿੰਦਗੀ ਦਾ ਮਾਣ। ਪ੍ਰੋਫੈਸਰ ਸਾਹਿਬ ਜੱਸੇ ਬਾਈ, ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾ ਰਿਹਾ ਹੈ, ਕਿਉਂਕਿ ਅੱਜ ਟੋਚਨ ਮੇਲਾ ਜਿਹੜਾ ਇਸ ਧਰਤੀ 'ਤੇ ਹੈ, ਅੱਜ ਤੁਹਾਨੂੰ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਜੀਵਾਂ ਆਖਿਆ ਜਾ ਰਿਹਾ। ਪ੍ਰੋਫੈਸਰ ਸਾਹਿਬ ਗੁਰਮੁਖ ਸਿੰਘ ਜੀ ਗੋਮੀ ਔਰ ਸਾਡੇ ਪ੍ਰਧਾਨ ਸਾਹਿਬ ਜੱਸਾ ਰੋੜੀਆਂ ਜੀ, ਉਹਨਾਂ ਦਾ ਵੀ ਧੰਨਵਾਦ ਹੈ। ਦੋ ਹੋ ਗਏ ਬਾਈ, ਸਿੱਧੇ ਕਰੋ ਡਾਕਟਰ, ਚਲੋ ਬਾਈ ਕਲੀ ਪਵਾ ਲਈ ਬਾਈ। ਵੀਰੇ ਜਲਦੀ ਤੋਰਿਆ ਕਰੋ ਟਰੈਕਟਰ ਯਾਰ,
उधर साढ़े दरमियान भाई गगन औलख कुप जेडे भरा अज के टूरनामेंट लिए बहुत बड़ा योगदान है, भाई जग्गी रशीन और रूबल मंडी इन्हों का भी विशेष तौर पर धन्यवाद है। साढ़े बिपन भाई के जिंदगी का माण ने साढ़े भरा साढ़े जस्से भाई के भरा जो पुजे ने उन्होंने धन्यवाद किया जा रहा है। उधर सरदार रशपाल सिंह जी पाला एम सी साहब और सरपंच साहब जयपाल बाबा जी गोसला और गैवन बाबा जी गोसला मुख्तियार सिंह जी गोसला सरदार दरबारा सिंह जी गोसला इन्हों का स्वागत जोड़ा किया जा रहा है। साड़ी समुची स्पोर्ट्स क्लब वालों जोड़ा इन्ह शख्सियतों का बहुत बहुत स्वागत किया जा रहा है। हेलो सीधा कर भाई ट्रैक्टर देखी मूहरे जाके वीरे सीधा खड़ा असी चाहते हैं भी साढ़े सदीक साहब के आने तो पहला पहला से ग्राउंड क्लीयर कर लिए बहुत ही वधिया गल है तो जी बहुत वधिया गल होनी है। ट्रैक्टर वाले वीर साडा साथ देण उधर गुरप्रीत सिंह जी गोमी झमट गोगी झमट जसविंदर सिंह जी वीरे यार सेंटर लै चेयरमैन साहब वाइस चेयरमैन ब्लॉक समिति मलाद उन्हों का धन्यवाद किया जा रहा साढ़े को पहुंच चुके ने साढ़े जिन्हें भी सहयोगी ने सारे का बहुत बहुत धन्यवाद है। जेड़े वीर की कोई ड्यूटी नहीं वो हेठा बह जा जेड़े वीर की कोई ड्यूटी नहीं वो कृपा करके आराम नाल बैठ के मेला देखण बेनती है साडे भरावां नूं क्योंकि आपां दर्शकां दे खड़े खड़े फाइनल मैच करवाउणा ये ना होवे वी दर्शक चले जाण मुड़ के फाइनल मैच वेले कल्ला ही जाल रह जे ये सारे वीर नोट करना ये तां सारे आपां दर्शकां दे खड़े खड़े फाइनल मैच करवाउणा है यह ना हो भी उधर फाइनल मैच हो उधर कला जाल जाल भी मास्टर बरिंदर भंधेर होनी साढ़े जदी पट देन ये तो दो साल हो गए मैंने देखने नहीं मिलिया कद मेला मैं कहना भी अज जो हो जाए तो सोने के सुहागे वाली कोशिश चल रही है भी करिए कोशिश है भाई ये एक दिन पहला सदना पै करू 9 बजे मेल चलाने पै कर फिर गल बनूगी जा रेता रूता पाना बंद करना पऊ सारा कुछ उधर साढ़े डॉक्टर रफीक जी पहीर तो साढ़े तारा सिंह जी जोगी माजरा नाल प्यार है उन्होंने प्यार सदका मेला देखण पुजे ने थोड़ा जिहा नोट किया आपां ने वो भी पक्का खिलाड़ी है खुदो खुंडी नहीं खेडी वो भी पक्का खिलाड़ी है तविया खेलदा रहा तविया ने मेले लाउंदा रहा ढोट वाला गोला गोला एक बार दी इहदी गल दसदा इन्हें टाइम तोड़ के यह नहीं कहा भी भाई आप जित गए नमस्कार की उतर के ट्रैक्टर तो पट तो थापी मार के उंगली खड़ी की कहना आए लैके जाना गा पर मैं कहा भी ये अज तक करता नहीं ट्रैक्टर ही कटा जाना पहला नंबर भी नहीं मिलना भाई आप ललकारना नहीं किसी संगत के सामने नम्रता रखनी है ये गल्ला बन जाती ने ये गोपी याद होना तेरे ये गल मेरे नाल ही मेले तो तू जो छजा ट्रैक्टर जो तू भजा सी हाँ भोगी वाल गल है भोगी वाल पिंड की उधर सियाड़ वाले कमल होने साढ़े वीर समुची टीम पुजी है धन्यवाद आ साढ़े वीर क्योंकि बटारी पिंड बड़िया सेवावान दतिया सियाड़ पिंड भी जोड़े टोचन मेले करवाए गए थे लगातार 3 मेले होए पर इधर पास आप देख रहे भाई उधर असी धन्यवाद कर रहे हैं भाई बल्ला चीमा जी जिहड़े भरा दे वल्लों अज दे इस टोचन मेले लई बहुत जिहड़ा वड्डा योगदान है भाई बल्ला चीमा जिहड़े परिवार दे उत्ते वाहिगुरु सच्चे पातशाह जी बाबा तोतापुरी जी दी अपर अपार कृपा है
महाराज कृपा बनाई रखने इसे तरह इलाके दी संगतां लई सेवा लैंदे रहन। साडा भाई बल्ला चीमा जिहड़े भरा ने तीन इनाम पहले स्पॉन्सर किए ने और नगर दे विच जिहड़े 13 जरूरतमंद परिवारों की 51 100 की नगद राशि के नाल जिहड़ा हैल्प भी की जानी है कि भाई बल्ला चीमा मौजा करदा है। रब ने तोड़ कोई ना छड्डी साडे भरा दा सी अपने वालों विशेष तौर पर धन्यवाद कर रहे हैं। इन्हां दे सहयोगी सज्जन साढ़े वीर वाहगुरु कृपा करे तरक्या बख्शन इन्हां भरावां नूं साडा बल्ला चीमा साडा वीर नाल साडा निक्का वीर है मनवीर भाई का साडा मनवीर भाई यूएसए साडे बल्ले भाई का लाडला पुत्र है वह भी साडा वीर आया होया है उस साडे भरा नूं भी असीं जीवन आख रहे हैं। ਇੱਥੋਂ ਹੁਣ ਮੁੜੂ ਜੇ ਫਾਲ ਹੋਣ ਤੋਂ ਪਹਿਲਾਂ ਰੇਤੇ 'ਚ ਚਲਿਆ ਗਿਆ ਫਿਰ ਇੱਥੋਂ ਮੁੜੂ ਆ ਚੱਕ ਆ ਚੱਕ कलवंत संधु सरपंच भी देखता भी नजारा आया पिया संधु साहब मंडी अपने पिंड भी वाली कैंट हुण सरपंच भी थोड़ा आपदा ही है जे हुण ट्यूशन करवा लो ना फिर गल स्वाद वाली हो जानी है। सरपंच साहब हुण तां दो पंचायतां ने तुसीं भी साबका सरपंच हो जिहड़े हुण मौजूदा सरपंच ने वह भी अपने ही है। ਉਹ ਗੋਲਿਆ ਉਹ ਗੋਲਿਆ ਇਹਨੇ ਲੈ ਲੈਣਾ ਹੁਣ ਇਹਨੇ ਹੁਣ ਲੈ ਜਾਣਾ ਨਹੀਂ ਜਾਂਦਾ ਪਰ ਸੱਚ ਆ ਰਿਹਾ ਫੂਕ ਜੀ ਮਾਰਦੀ ਉੱਤੇ ਗੋਲਾ ਕਹਿੰਦਾ ਨਹੀਂ ਪਰ ਗੋਲਿਆ ਉਹ ਗੋਲਿਆ ਉਹ ਚਲਿਆ ਉਹ ਤੋੜਿਆ ਗੋਲਾ ਕਹਿੰਦਾ ਨਹੀਂ क्योंकि तेरिया बाटा दूर दियां ने उधर तेनू बाट जा रहा है पर हुण ललकारा ओ दर्शको ललकारा मार के दस दो जो सवाल आता सरजा मार लग गया इंडो फार्म कहना इन्ना जोर ना लवा मेरा गोलिया इंडो फार्म कहना मैं तो औखा होया पिया पर दूजे पासे पई सोनालिका इंडो ते सोनालिका सोनालिका ते इंडो उधर जगरूप मोटा टैक्स दे ही जा रहे उधर साडे गिल साहब बेरकला वाले भी साडे दरम्यान पहुंच चुके ने उन्हां दा धन्नवाद है साडे गिल साहब बेरकला वाले साडे कोल पहुंच चुके ने असीं स्वागत कर रहे हैं पर हुण धामरे वाला मोटा हथ मारदा भी इधर नहीं जाऊ पर कम दल्ले लग्या रह गया काम थोड़ा काम रह गया थोड़ा जा ओ मुंडा आप भी कह रहा कहना हले बाकी है काम हले दा तीर कमान दे विच है कुछ भी हो सकता है लाला ए गोला है ए ट्रैक्टर तवियां दा भी तगड़ा खिलाड़ी है पर अज पंगा ढांडरे वाले मोटे हुणां पिया होया है हुण कराहे पैंदा जांदा ट्रैक्टर जे